AMI ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਤਮੰਨਾ ਸ਼ਰਮਾ। ਸ਼ੁਰੂਆਤ ਕਰਦੇ ਹਾਂ ਪੰਜਾਬ ਦੀਆਂ ਮੁੱਖ ਖਬਰਾਂ ਤੋਂ, ਤਾਂ ਜਾਣਕਾਰੀ ਦੇ ਦਈਏ। ਫਿਰੋਜ਼ਪੁਰ ਕੇਂਦਰ ਜੇਲ੍ਹ 'ਚ ਛਾਪਾ, ਆਈਫੋਨ ਸਮੇਤ 12 ਮੋਬਾਈਲ ਅਤੇ 326 ਨਸ਼ੀਲੇ ਕੈਪਸੂਲ ਹੋਏ ਬਰਾਮਦ। ਚੰਡੀਗੜ੍ਹ 'ਚ ਨੌਜਵਾਨ ਦਾ ਸ਼ਰੇਆਮ ਚਾਕੂ ਮਾਰ ਕੇ ਕਤਲ, ਪੁਲਿਸ ਨੇ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਕੀਤੀ ਸ਼ੁਰੂ। ਵਿਧਾਨ ਸਭਾ ਹਲਕਾ ਭੋਆ ਦੇ ਸਾਬਕਾ ਵਿਧਾਇਕ ਤੇ ਕਾਂਗਰਸ ਆਗੂ ਜੋਗਿੰਦਰਪਾਲ ਨੂੰ ਮਿਲੀ ਜ਼ਮਾਨਤ। ਗੈਰ ਕਾਨੂੰਨੀ ਮਾਈਨਿੰਗ ਤੇ ਪੁਲਿਸ ਨਾਲ ਦੁਰਵਿਵਹਾਰ ਕਰਨ ਦੇ ਦੋਸ਼ ਹੇਠਾਂ ਕੀਤਾ ਸੀ ਗ੍ਰਿਫਤਾਰ। ਪੰਜਾਬੀ ਨੌਜਵਾਨ ਨੂੰ ਸੜਕ ਹਾਦਸੇ 'ਚ ਮਾਮਲੇ ਵਿੱਚ ਦੁਬਈ 'ਚ 50 ਲੱਖ ਰੁਪਏ ਦਾ ਜੁਰਮਾਨਾ, ਜੇ ਜੁਰਮਾਨਾ ਨਾ ਭਰਿਆ ਤਾਂ ਮੌਤ ਦੀ ਸਜ਼ਾ। ਹੁਸ਼ਿਆਰਪੁਰ 'ਚ ਬਜ਼ੁਰਗ ਨਾਲ ਠੱਗੀ, ਸਸਤੇ ਭਾਅ ਤੇ ਨਕਲੀ ਸੋਨੇ ਦੇ ਸਿੱਕੇ ਦੇ ਕੇ ਠੱਗੇ 4% 20 ਲੱਖ ਰੁਪਏ। ਸਿੱਖਿਆ ਵਿਭਾਗ ਵੱਲੋਂ ਹੁਕਮ ਜਾਰੀ, ਪੜ੍ਹਾਉਣ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਕਰਨਗੇ ਸਾਇੰਸ ਮੈਥ ਦੇ ਟੀਚਰ। ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ। 5 ਸਾਲ ਪਹਿਲਾਂ ਗਿਆ ਸੀ ਨੌਜਵਾਨ ਵਿਦੇਸ਼। ਮੁਕਤਸਰ ਦੇ ਗਿੱਦੜ ਬਾਹਾ 'ਚ ਲੰਗਰ ਦੀ ਸੇਵਾ ਕਰ ਰਹੇ ਨਿਹੰਗ ਦੇ ਸਿਰ 'ਚ ਤੇਜ਼ਧਾਰ ਹਥਿਆਰ ਨਾਲ ਹਮਲਾ, ਵਾਰਦਾਤ ਤੋਂ ਬਾਅਦ ਮੁਲਜ਼ਮ ਫਰਾਰ। ਅਰਵਿੰਦ ਕੇਜਰੀਵਾਲ ਅੱਜ ਵੀ ED ਸਾਹਮਣੇ ਨਹੀਂ ਹੋਣਗੇ ਪੇਸ਼। CM ਨੇ ਜਾਂਚ ਏਜੰਸੀ ਨੂੰ ਲਿਖੀ ਚਿੱਠੀ। ਲੁਧਿਆਣਾ 'ਚ ਪਤਨੀ ਦੇ ਪ੍ਰੇਮੀ ਨਾਲ ਫਰਾਰ ਹੋਣ ਤੋਂ ਦੁਖੀ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ। ਵਿਆਹ ਨੂੰ ਹੋਏ ਸੀ 3 ਸਾਲ। ਇੱਦਾਂ ਦੀਆਂ ਹੋਰ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਲਾਈਕ, ਕਮੈਂਟ, ਸਬਸਕ੍ਰਾਈਬ ਕਰਨਾ ਨਾ ਭੁੱਲਿਓ।